ਤੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਨੇ ਧਰਤੀ ਅੰਦਰੋਂ ਇੰਨਾ ਪਾਣੀ ਕੱਢਿਆ ਕਿ ਪੰਜਾਬ ਦੇ ਕੋਲ ਹੁਣ 15 ਤੋਂ 20 ਸਾਲ ਦਾ ਹੀ ਜਿਹੜਾ ਹੈਗਾ ਧਰਤੀ ਦੇ ਅੰਦਰ ਪਾਣੀ ਬਚਿਆ ਕਿ ਪੰਜਾਬ ਦੇ ਲੋਕ ਪਾਣੀ ਨੂੰ ਲੈ ਕੇ ਫਿਕਰਮੰਦ ਹੋਣ ਜਿਸ ਸੂਬੇ ਦਾ ਨਾਮ ਪੰਜਾਂ ਦਰਿਆਵਾਂ ਦੇ ਉੱਪਰ ਹੋਵੇ ਅਤੇ ਉੱਥੇ ਪਾਣੀਆਂ ਦੀ ਜਿਹੜੀ ਸਿਆਸਤ ਹੈ ਉਹ ਨਹਿਰੀ ਪਾਣੀ ਦੇ ਉੱਪਰ ਕੀਤੀ ਜਾ ਰਹੀ ਹੋਵੇ ਇਹ ਕੌਣ ਲੋਕ ਨੇ ਜਿਹੜੇ ਇਹ ਲੋਕਾਂ ਨੂੰ ਜਿਤਾਉਣਾ ਚਾਹੁੰਦੇ ਨੇ ਕਿ ਸਤਲੁਜ ਦਰਿਆ ਹੈ ਜਿਹੜਾ ਉਹ ਲੋਕਾਂ ਨੂੰ ਕੈਂਸਰ ਬਣ ਰਿਹਾ ਔਰ ਸਤਲੁਜ ਦਰਿਆ ਹੜ੍ਹ ਲੈ ਕੇ ਆਉਂਦਾ ਹੈ ਆਪਣੇ ਫੇਲੀਅਰ ਦਾ ਸਾਰਾ ਦੋਸ਼ ਸਤਲੁਜ ਦੇ ਸਿਰ 'ਤੇ ਮੜ ਦੇਣਾ ਕਿੱਥੋਂ ਤੱਕ ਜਾਇਜ਼ ਹੈ ਜਿੱਥੋਂ ਇਹ ਮਟੀਰੀਅਲ ਸੁੱਟਿਆ ਜਾ ਰਿਹਾ ਕੀ ਇਹ ਸਾਰਾ ਕੁਝ ਸਰਕਾਰਾਂ ਦੀ ਨਜ਼ਰ ਤੋਂ ਓਹਲੇ ਹੈ ਕਿ ਸਰਕਾਰਾਂ ਇਸ ਚੀਜ਼ ਨੂੰ ਰੋਕ ਨਹੀਂ ਸਕਦੀਆਂ ਕਿ ਸਾਡਾ ਸਭ ਤੋਂ ਵੱਡਾ ਅਤੇ ਲੰਬਾ ਦਰਿਆ ਹੈ ਜਿਹੜਾ ਉਹਨੂੰ ਇੱਕ ਨਾਲੇ ਦਾ ਰੂਪ ਦੇ ਦਿੱਤਾ ਗਿਆ ਅਤੇ ਸਾਡਾ ਧਿਆਨ ਕਿੱਥੇ ਕੇਂਦਰਿਤ ਕੀਤਾ ਜਾ ਰਿਹਾ ਸਾਡਾ ਧਿਆਨ ਉਸ ਪਾਣੀ 'ਤੇ ਕੇਂਦਰਿਤ ਕੀਤਾ ਜਾ ਰਿਹਾ ਜਿਹੜਾ ਪਾਣੀ ਅੱਗੇ ਜਾ ਕੇ ਕਿਸੇ ਨੂੰ ਜੀਵਨ ਦਿੰਦਾ ਇਹ ਕਿਵੇਂ ਹੋ ਸਕਦਾ ਕਿ ਪੰਜਾਬ ਜਿੱਥੇ ਭਾਈ ਘਨੱਈਏ ਵਰਗੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਹੋਣ ਔਰ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੋਂ ਦਿੱਕਤ ਹੋਵੇ ਕਿ ਪੰਜਾਬ ਦੇ ਵਿੱਚੋਂ ਪਾਣੀ ਲਿਜਾ ਕੇ ਕੋਈ ਪੀ ਕਿਵੇਂ ਜਾਵੇ ਇਹ ਸੋਚੀ ਸਮਝੀ ਸਾਜਿਸ਼ ਹੈ ਪਿਓਰ ਮੁਨਾਫੇ ਦੀ ਦੌੜ ਦੇ ਵਿੱਚ ਮੁਨਾਫੇ ਦੀ ਮੰਡੀ ਦੇ ਵਿੱਚ ਪੰਜਾਬ ਦੇ ਦਰਿਆਵਾਂ ਨੂੰ ਗੰਧਲਾ ਕਰਕੇ ਪੰਜਾਬ ਦੀ ਹਾਲਤ ਇਸ ਕਦਰ ਉਹਨੂੰ ਰੋਕਣ ਲਈ ਪੋਲਸੀਆਂ ਬਣਾਉਣ ਦੀ ਲੋੜ ਹੈ ਸਤਲੁਜ ਦੇ ਲਈ ਬੋਲਣ ਦੀ ਲੋੜ ਹੈ ਕਿਉਂਕਿ ਦਰਿਆ ਜਿੰਦਾ ਰਹੇਗਾ ਅਤੇ ਪੰਜਾਬ ਜਿੰਦਾ ਰਹੇਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਾਟ ਟੀਵੀ ਅਤੇ ਮੈਂ ਹਰਪਾਲ ਜਾਮਾ ਰਾਏ ਪਾਣੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਾਣੀ ਦੇ ਉੱਪਰ ਬਹੁਤ ਲੰਬੇ ਸਮੇਂ ਤੋਂ ਸਿਆਸਤ ਕੀਤੀ ਜਾਂਦੀ ਹੈ ਅਤੇ ਹੁਣ ਵੀ ਕੀਤੀ ਜਾ ਰਹੀ ਹੈ ਸਿਆਸਤ ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਕਿਸੇ ਮੁੱਦੇ ਦਾ ਸਥਾਈ ਹੱਲ ਨਾ ਲੱਭਿਆ ਜਾਵੇ ਅਤੇ ਵਾਰ ਵਾਰ ਉਸਨੂੰ ਆਪਣੇ ਸਿਆਸੀ ਮਫਾਦ ਦੇ ਲਈ ਉਛਾਲਿਆ ਜਾਂਦਾ ਹੋਵੇ ਵਰਤਿਆ ਜਾਂਦਾ ਹੋਵੇ ਤਾਂ ਉਹ ਨਿਰੀ ਪੂਰੀ ਸਿਆਸਤ ਹੀ ਹੁੰਦਾ ਕਿਉਂਕਿ ਪੰਜਾਬ ਦੇ ਪਾਣੀਆਂ ਦੇ ਉੱਪਰ ਜੇਕਰ ਕੋਈ ਪੋਲਿਸੀ ਬਣੀ ਹੁੰਦੀ ਤਾਂ ਇਹ ਵਾਰ ਵਾਰ ਜਿਹੜੇ ਮੁੱਦੇ ਉੱਠਦੇ ਨੇ ਇਹ ਉਠਾਉਣ ਦੀ ਲੋੜ ਨਾ ਰਹਿੰਦੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਹਰੀਕੇ ਪੱਤਣ ਤੋਂ ਜਿਹੜੀਆਂ ਦੋ ਨਹਿਰਾਂ ਨਿਕਲਦੀਆਂ ਨੇ ਅਤੇ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀਆਂ ਨੇ ਉਹਨਾਂ ਨੂੰ ਪੱਕਾ ਕੰਮ ਕਰਨ ਦਾ ਜਿਹੜਾ ਹੈਗਾ ਉਹ ਕੰਮ ਕੀਤਾ ਜਾ ਰਿਹਾ ਹੈ ਇਹ ਕੰਮ ਪੰਜਾਬ ਸਰਕਾਰ ਰਾਜਸਥਾਨ ਸਰਕਾਰ ਅਤੇ ਸੈਂਟਰ ਸਰਕਾਰ ਮਿਲ ਕੇ ਕਰ ਰਹੀ ਹੈ ਪੱਕਾ ਉਹਨਾਂ ਨੂੰ ਇਸ ਕਦਰ ਕੀਤਾ ਜਾ ਰਿਹਾ ਕਿ ਉਹਨਾਂ ਵਿੱਚ ਪਲਾਸਟਿਕ ਦੀਆਂ ਸ਼ੀਟਾਂ ਪਾ ਕੇ ਉੱਪਰ ਪ੍ਰੀਮਿਕਸ ਪਾਇਆ ਜਾ ਰਿਹਾ ਤਾਂ ਕਿ ਨਹਿਰਾਂ ਦੇ ਵਿੱਚ ਜੋ ਪਾਣੀ ਜਾਂਦਾ ਹੈ ਉਹਦੀ ਇੱਕ ਬੂੰਦ ਵੀ ਧਰਤੀ ਦੇ ਅੰਦਰ ਜਿਹੜੀ ਹੈਗੀ ਉਹ ਰੀਚਾਰਜ ਨਾ ਹੋਵੇ ਕੋਈ ਸਮਾਜ ਸੇਵੀ ਸੰਸਥਾਵਾਂ ਕੋਈ ਸਮਾਜ ਸੇਵੀ ਵੀਰ ਔਰ ਕੁਛ ਟੀ ਵੀ ਚੈਨਲਾਂ ਵੱਲੋਂ ਇਸ ਚੀਜ਼ ਨੂੰ ਜਿਹੜਾ ਹੈਗਾ ਉਸਦੇ ਪ੍ਰਤੀ ਫਿਕਰਮੰਦੀ ਜ਼ਾਹਰ ਕੀਤੀ ਗਈ ਹੈ ਕਿ ਜੇ ਇਸ ਕਦਰ ਇਹਨਾਂ ਨਹਿਰਾਂ ਨੂੰ ਪੱਕਾ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਪਾਣੀ ਦਾ ਪੱਧਰ ਜਿਹੜਾ ਦਿਨੋਂ ਦਿਨ ਥੱਲੇ ਡਿੱਗ ਰਿਹਾ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਨੇ ਧਰਤੀ ਅੰਦਰੋਂ ਇੰਨਾ ਪਾਣੀ ਕੱਢਿਆ ਕਿ ਪੰਜਾਬ ਦੇ ਕੋਲ ਹੁਣ 15 ਤੋਂ 20 ਸਾਲ ਦਾ ਹੀ ਜਿਹੜਾ ਹੈਗਾ ਧਰਤੀ ਦੇ ਅੰਦਰ ਪਾਣੀ ਬਚਿਆ ਅਤੇ ਜੇ ਇਹਨਾਂ ਹਾਲਾਤਾਂ ਦੇ ਵਿੱਚ ਧਰਤੀ ਦੇ ਅੰਦਰ ਪਾਣੀ ਰੀਚਾਰਜ ਨਾ ਹੋਇਆ ਤਾਂ ਪੰਜਾਬ 20 ਸਾਲ ਬਾਅਦ ਬੰਜਰ ਹੋਣ ਵਾਲੇ ਜਿਹੜੇ ਪਾਸੇ ਨੂੰ ਵਧੇਗਾ ਫਿਕਰਮੰਦੀ ਕਰਨੀ ਬਣਦੀ ਹੈ ਔਰ ਜ਼ਰੂਰੀ ਵੀ ਹੈ ਕਿ ਪੰਜਾਬ ਦੇ ਲੋਕ ਪਾਣੀ ਨੂੰ ਲੈ ਕੇ ਫਿਕਰਮੰਦ ਹੋਣ ਪਰ ਕੀ ਇਹ ਫਿਕਰਮੰਦੀ ਸਿਰਫ ਨਹਿਰਾਂ ਤੱਕ ਵੀ ਸੀਮਤ ਹੈ ਕੀ ਇਕੱਲੀਆਂ ਨਹਿਰਾਂ ਹੀ ਨੇ ਜੋ ਪੰਜਾਬ ਦੇ ਪਾਣੀ ਨੂੰ ਰੀਚਾਰਜ ਕਰਦੀਆਂ ਨੇ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਜਿਹੜਾ ਪੰਜਾਂ ਦਰਿਆਵਾਂ ਦੀ ਧਰਤੀ ਸੀ ਅਤੇ 47 ਤੋਂ ਬਾਅਦ ਸਾਡੇ ਹਿੱਸੇ 2.5 ਦਰਿਆ ਹੀ ਰਹਿ ਗਏ ਜਿਨ੍ਹਾਂ ਵਿੱਚੋਂ ਸਾਡੇ ਕੋਲ ਬਿਆਸ ਹੈ ਇੱਕ ਛੋਟਾ ਜਿਹਾ ਦਰਿਆ ਰਾਵੀ ਦਾ ਇੱਕ ਨਿੱਕਾ ਜਿਹਾ ਹਿੱਸਾ ਸਾਡੇ ਕੋਲ ਹੈ ਅਤੇ ਸਭ ਤੋਂ ਲੰਬਾ ਹਿੱਸਾ ਜਿਹੜਾ ਹੈਗਾ ਸਾਡੇ ਕੋਲ ਸਤਲੁਜ ਦਰਿਆ ਦਾ ਹੈ ਅਤੇ ਹਾਲਾਤ ਇਸ ਕਦਰ ਨੇ ਕਿ ਜਿਹੜੇ ਦੇਸ਼ ਦਾ ਨਾਮ ਜਿਸ ਸੂਬੇ ਦਾ ਨਾਮ ਪੰਜਾਂ ਦਰਿਆਵਾਂ ਦੇ ਉੱਪਰ ਹੋਵੇ ਅਤੇ ਉੱਥੇ ਪਾਣੀਆਂ ਦੀ ਜਿਹੜੀ ਸਿਆਸਤ ਹੈ ਉਹ ਨਹਿਰੀ ਪਾਣੀ ਦੇ ਉੱਪਰ ਕੀਤੀ ਜਾ ਰਹੀ ਹੋਵੇ ਅਤੇ ਪਾਣੀ ਦੀ ਸੰਭਾਲ ਜਿਹੜੇ ਦਰਿਆ ਨੇ ਦਰਿਆਵਾਂ ਦੀ ਸੰਭਾਲ ਨਾ ਕੀਤੀ ਜਾਂਦੀ ਹੋਵੇ ਇਹ ਵੀ ਇੱਕ ਵੱਡਾ ਸਵਾਲ ਹੈ ਅਤੇ ਫਿਕਰਮੰਦੀ ਹੈ ਕਿਉਂਕਿ ਜਿਸ ਪ੍ਰਾਂਤ ਦੀ ਜਿਸ ਖਿੱਤੇ ਦੀ ਪਹਿਚਾਣ ਦਰਿਆਵਾਂ ਸਿਰ 'ਤੇ ਹੈ ਅਤੇ ਉਸ ਖਿੱਤੇ ਦੇ ਵਿੱਚ ਵਗਦਾ ਸਭ ਤੋਂ ਲੰਬਾ ਦਰਿਆ ਸਤਲੁਜ ਜਿਹਨੂੰ ਸਰਕਾਰ ਦੀਆਂ ਅਣਗਹਿਲੀਆਂ ਅਣਦੇਖੀਆਂ ਅਤੇ ਪਾਣੀਆਂ 'ਤੇ ਕੋਈ ਪੋਲਿਸੀ ਨਾ ਹੋਣ ਕਾਰਨ ਇੱਕ ਗੰਦੇ ਨਾਲੇ ਦਾ ਰੂਪ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਿਹੜਾ ਸਤਲੁਜ ਦਰਿਆ ਉਹ ਮਾਲਵੇ ਨੂੰ ਕੈਂਸਰ ਵੰਡਦਾ ਹੈ ਪਰ ਇਹ ਵੀ ਇੱਕ ਧਾਰਨਾ ਸਾਡੇ ਲੋਕਾਂ ਦੇ ਵਿੱਚ ਬਣਾਈ ਜਾ ਰਹੀ ਹੈ ਦਰਿਆ ਕਦੇ ਵੀ ਲੋਕਾਂ ਦਾ ਨੁਕਸਾਨ ਨਹੀਂ ਕਰਦੇ
ਦਰਿਆ ਜ਼ਿੰਦਗੀ ਦਿੰਦੇ ਨੇ। ਦਰਿਆ ਜੀਵਨ ਦਾ ਜੇ ਪੁਰਾਣੀਆਂ ਸੱਭਿਅਤਾਵਾਂ ਨੂੰ ਵੇਖਿਆ ਜਾਵੇ ਤਾਂ ਦਰਿਆਵਾਂ ਦੇ ਕੰਢੇ 'ਤੇ ਸੱਭਿਅਤਾਵਾਂ ਵਿਕਸਿਤ ਹੋਈਆਂ ਅਤੇ ਪੰਜਾਬ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਕਿਉਂਕਿ ਇੱਥੇ ਦਰਿਆ ਸੀ, ਪੰਜ ਦਰਿਆ ਵਗਦੇ ਸੀ ਔਰ ਲੋਕ ਡਿਵੈਲਪ ਹੁੰਦੇ ਗਏ। ਅਤੇ ਹੁਣ ਜਦੋਂ ਇਹ ਫਿਕਰਮੰਦੀ ਜਿਤਾਈ ਜਾਂਦੀ ਹੈ ਕਿ ਨਹਿਰਾਂ ਨੂੰ ਇਸ ਕਦਰ ਪੱਕਾ ਕੀਤਾ ਜਾ ਰਿਹਾ ਹੈ ਕਿ ਧਰਤੀ ਦੇ ਅੰਦਰ ਇੱਕ ਵੀ ਬੂੰਦ ਪਾਣੀ ਨਾ ਜਾਵੇ, ਅਤੇ ਉਸ ਸਿਆਸਤ ਦੇ ਵਿੱਚੋਂ ਦਰਿਆ ਗਾਇਬ ਹੋਣ, ਤਾਂ ਫਿਰ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਮੁੱਦੇ ਸਿਆਸੀ ਨੇ, ਲੋਕਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ, ਪੰਜਾਬ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਇਹ ਸਿਰਫ ਆਪਣੀ ਸਿਆਸਤ ਚਮਕਾਉਣ ਲਈ ਕੀਤੇ ਜਾ ਰਹੇ ਜਿਹੜੇ ਹੈਗੇ ਆ ਜਾਂ ਉਠਾਏ ਜਾ ਰਹੇ ਮੁੱਦੇ ਨੇ। ਮੈਂ ਸਤਲੁਜ ਦਾ ਜ਼ਿਕਰ ਕਿਉਂ ਕਰ ਰਿਹਾ, ਕਿਉਂਕਿ ਜਿਸ ਤਰ੍ਹਾਂ ਮਾਹਰ ਕਹਿੰਦੇ ਨੇ ਕਿ ਪੰਜਾਬ ਦੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪਾਣੀ ਦੇ ਨਾਲ ਜਿਹੜਾ ਹੈਗਾ ਕਿੱਲਤ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਤੇਜ਼ੀ ਦੇ ਨਾਲ ਜਿਹੜੀ ਪਾਣੀ ਦੀ ਕਿੱਲਤ ਵੱਧ ਰਹੀ ਹੈ, ਔਰ ਇਸ ਕਦਰ ਵੱਧ ਰਹੀ ਹੈ ਕਿ ਮਾਨਸਾ ਅਤੇ ਸੰਗਰੂਰ ਦੇ ਕੁਛ ਇਲਾਕੇ ਨੇ ਜੋ ਡਾਰਕ ਜ਼ੋਨ ਘੋਸ਼ਿਤ ਕਰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ, ਜਿੱਥੇ ਜ਼ਮੀਨ ਵਿੱਚੋਂ ਪਾਣੀ ਕੱਢ ਕੇ ਆਪਣੀਆਂ ਜਿਹੜੇ ਗਾਰਡਨ ਬਣੇ ਨੇ ਘਰਾਂ ਦੇ ਵਿੱਚ ਜਾਂ ਗੱਡੀਆਂ ਧੋਣ ਤੱਕ ਵੀ ਜਿਹੜੀ ਹੈਗੀ ਆ ਧਰਤੀ ਹੇਠਲੇ ਪਾਣੀ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਕੀ ਇੱਥੇ ਸੋਚਣਾ ਨਹੀਂ ਬਣਦਾ ਕਿ ਇਹ ਉਹੀ ਪੰਜਾਬ ਹੈ ਜਿਹੜਾ ਪਾਣੀਆਂ ਦੇ ਨਾਮ ਦੇ ਉੱਪਰ ਹੋਣ ਦੇ ਵਿੱਚ ਆਇਆ? ਬਹੁਤ ਵੱਡਾ ਸਵਾਲ ਵੀ ਹੈ ਔਰ ਫਿਕਰਮੰਦੀ ਵੀ ਹੈ ਕਿ ਆਖਰ ਅਸੀਂ ਇੱਥੋਂ ਤੱਕ ਪਹੁੰਚੇ ਕਿਵੇਂ, ਸਾਨੂੰ ਇੱਥੋਂ ਤੱਕ ਪਹੁੰਚਾਇਆ ਕਿਸ ਨੇ, ਪਹੁੰਚਾਇਆ ਸਾਨੂੰ ਸਰਕਾਰ ਦੀਆਂ ਉਹਨਾਂ ਪਾਲਿਸੀਆਂ ਨੇ ਜਿਹੜੀਆਂ ਬਣਨੀਆਂ ਚਾਹੀਦੀਆਂ ਸੀ ਅਤੇ ਬਣੀਆਂ ਹੀ ਨਹੀਂ। ਸਤਲੁਜ ਦੀ ਜੇ ਗੱਲ ਕਰੀਏ ਤਾਂ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ 15-20 ਸਾਲਾਂ ਦੇ ਵਿੱਚ ਪਾਣੀ ਧਰਤੀ ਦੇ ਵਿੱਚੋਂ ਖਤਮ ਹੋ ਜਾਏਗਾ, ਜੇ ਸਤਲੁਜ ਦੇ ਉੱਪਰ ਕੋਈ ਪੋਲਿਸੀ ਬਣੇ, ਸਤਲੁਜ ਦੀ ਸੰਭਾਲ ਦੇ ਲਈ ਪੋਲਿਸੀ ਬਣ ਜਾਵੇ ਔਰ ਸਤਲੁਜ ਦਰਿਆ ਨੂੰ ਸਾਂਭ ਲਿਆ ਜਾਵੇ, ਤਾਂ ਮੈਨੂੰ ਲੱਗਦਾ ਹੈ ਕਿ 2-4 ਸਾਲਾਂ ਦੇ ਵਿੱਚ ਹੀ ਸਤਲੁਜ ਦਰਿਆ ਇਸ ਭਰਮ ਨੂੰ ਵੀ ਜਿਹੜਾ ਹੈਗਾ ਉਹ ਤੋੜ ਸਕਦਾ, ਜਾਂ ਜਿਹੜੀ ਇਹ ਧਾਰਨਾ ਹੈ ਕਿ ਪਾਣੀ ਖਤਮ ਹੋ ਜਾਏਗਾ, ਸਤਲੁਜ ਦਰਿਆ ਪੰਜਾਬ ਦੇ ਪਾਣੀ ਨੂੰ ਇੰਨੀ ਵੱਡੇ ਪੱਧਰ 'ਤੇ ਰੀਚਾਰਜ ਕਰ ਸਕਦਾ, ਕਿਉਂਕਿ ਸਤਲੁਜ ਦਰਿਆ ਜਿਹੜਾ ਹੈਗਾ ਪੰਜਾਬ ਦੇ ਵਿੱਚ ਸਭ ਤੋਂ ਲੰਬਾ ਅਤੇ ਵੱਡਾ ਦਰਿਆ ਹੈ, ਲਗਭਗ 361 ਕਿਲੋਮੀਟਰ ਤੋਂ ਉੱਪਰ ਜਿਹੜਾ ਦਰਿਆ ਹੈ ਉਹ ਪੰਜਾਬ ਦੇ ਵਿੱਚ ਵਗਦਾ ਹੈ। ਕੀ ਕਦੀ ਸਤਲੁਜ ਦਰਿਆ ਦੇ ਉੱਪਰ ਕਿਸੇ ਨੇ ਗੱਲ ਕੀਤੀ ਹੈ? ਹਾਂ, ਗੱਲ ਜ਼ਰੂਰ ਹੁੰਦੀ ਹੈ ਸਤਲੁਜ ਦੇ ਉੱਪਰ, ਔਰ ਇਹ ਕਹਿ ਕੇ ਹੁੰਦੀ ਹੈ ਕਿ ਸਤਲੁਜ ਦਰਿਆ ਦੇ ਪਾਣੀ ਦੇ ਵਿੱਚ ਕੈਮੀਕਲ ਨੇ ਔਰ ਸਤਲੁਜ ਦਰਿਆ ਮਾਲਵੇ ਬੈਲਟ ਨੂੰ ਕੈਂਸਰ ਵੰਡ ਰਿਹਾ ਹੈ। ਕਿ ਦਰਿਆ ਕੈਂਸਰ ਵੰਡ ਰਿਹਾ ਹੈ ਜਾਂ ਇਸ ਪੋਲੀਟੀਕਲ ਪਾਰਟੀਆਂ ਦਾ ਜਾਂ ਜਿਹੜੇ ਸਰਮਾਏ ਦੀ ਦੌੜ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚੋਂ ਔਰ ਹੋਰ ਵੀ ਮਤਲਬ ਦਰਜਣਾਂ ਥਾਵਾਂ ਅਜਿਹੀਆਂ ਨੇ ਜਿੱਥੋਂ ਸਤਲੁਜ ਦਰਿਆ ਦੇ ਵਿੱਚ ਫੈਕਟਰੀਆਂ ਦਾ ਕੈਮੀਕਲ ਅਤੇ ਗੰਦ ਸੁੱਟਿਆ ਜਾ ਰਿਹਾ ਹੈ। ਇਹ ਕੌਣ ਲੋਕ ਨੇ ਜਿਹੜੇ ਇਹ ਲੋਕਾਂ ਨੂੰ ਜਿਤਾਉਣਾ ਚਾਹੁੰਦੇ ਨੇ ਕਿ ਸਤਲੁਜ ਦਰਿਆ ਹੈ ਜਿਹੜਾ ਉਹ ਲੋਕਾਂ ਨੂੰ ਕੈਂਸਰ ਵੰਡ ਰਿਹਾ ਔਰ ਸਤਲੁਜ ਦਰਿਆ ਹੜ੍ਹ ਲੈ ਕੇ ਆਉਂਦਾ? ਆਪਣੇ ਫੇਲੀਅਰ ਦਾ ਸਾਰਾ ਦੋਸ਼ ਸਤਲੁਜ ਦੇ ਸਿਰ 'ਤੇ ਮੜ ਦੇਣਾ ਕਿੱਥੋਂ ਕੁ ਤੱਕ ਜਾਇਜ਼ ਹੈ? ਫੈਕਟਰੀਆਂ ਆਪਣੇ ਫਾਇਦੇ ਦੇ ਲਈ ਦਰਿਆ ਦੇ ਵਿੱਚ ਆਪਣਾ ਵੇਸਟ ਮਟੀਰੀਅਲ ਸੁੱਟਦੀਆਂ ਨੇ, ਔਰ ਦਰਜਣਾਂ ਥਾਵਾਂ ਨੇ ਜਿੱਥੋਂ ਇਹ ਮਟੀਰੀਅਲ ਸੁੱਟਿਆ ਜਾ ਰਿਹਾ। ਕੀ ਇਹ ਸਾਰਾ ਕੁਝ ਸਰਕਾਰਾਂ ਦੀ ਨਜ਼ਰ ਤੋਂ ਓਹਲੇ ਹੈ? ਕਿ ਸਰਕਾਰਾਂ ਇਸ ਚੀਜ਼ ਨੂੰ ਰੋਕ ਨਹੀਂ ਸਕਦੀਆਂ ਕਿ ਸਾਡਾ ਸਭ ਤੋਂ ਵੱਡਾ ਅਤੇ ਲੰਬਾ ਦਰਿਆ ਹੈ ਜਿਹੜਾ ਉਹਨੂੰ ਇੱਕ ਨਾਲੇ ਦਾ ਰੂਪ ਦੇ ਦਿੱਤਾ ਗਿਆ ਹੈ? ਇਹ ਸਰਕਾਰਾਂ ਦੀ ਸਹਿਮਤੀ ਅਤੇ ਸਰਕਾਰਾਂ ਦੀ ਨਜ਼ਰ ਤੋਂ ਬਿਨਾਂ ਹੋ ਜਾਣਾ ਪੋਸੀਬਲ ਹੀ ਨਹੀਂ ਹੈ। ਅਤੇ ਸਾਡਾ ਧਿਆਨ ਕਿੱਥੇ ਕੇਂਦਰਿਤ ਕੀਤਾ ਜਾ ਰਿਹਾ? ਸਾਡਾ ਧਿਆਨ ਉਸ ਪਾਣੀ 'ਤੇ ਕੇਂਦਰਿਤ ਕੀਤਾ ਜਾ ਰਿਹਾ ਜਿਹੜਾ ਪਾਣੀ ਅੱਗੇ ਜਾ ਕੇ ਕਿਸੇ ਨੂੰ ਜੀਵਨ ਦਿੰਦਾ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੀ ਕਿ ਪਹਿਲਾਂ ਪਾਣੀ ਜੀਓ ਹੈ, ਅਤੇ ਨਹਿਰਾਂ ਰਹੀ ਜਾਂਦਾ ਜਿਹੜਾ ਪਾਣੀ ਹੈ ਉਹ ਪਾਣੀ ਫਸਲਾਂ ਉਗਾਉਣ ਦੇ ਕੰਮ ਆਉਂਦਾ ਹੈ, ਉੱਥੋਂ ਦੇ ਬਛਿੰਦਿਆਂ ਦੇ ਪੀਣ ਦੇ ਕੰਮ ਆਉਂਦਾ ਹੈ, ਅਤੇ ਪੰਜਾਬ ਜਿਹੜਾ ਕਹਿੰਦੇ ਆ ਕਿ ਵੱਸਦਾ ਹੀ ਗੁਰਾਂ ਦੇ ਨਾਮ ਦੇ ਉੱਪਰ ਹੈ, ਇਹ ਕਿਵੇਂ ਹੋ ਸਕਦਾ ਕਿ ਪੰਜਾਬ ਜਿੱਥੇ ਭਾਈ ਘਨੱਈਏ ਵਰਗੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਹੋਣ ਔਰ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੋਂ ਦਿੱਕਤ ਹੋਵੇ ਕਿ ਪੰਜਾਬ ਦੇ ਵਿੱਚੋਂ ਪਾਣੀ ਲਿਜਾ ਕੇ ਕੋਈ ਪੀ ਕਿਵੇਂ ਜਾਵੇ? ਇਹ ਪਿਓਰ ਸਿਆਸਤ ਹੈ ਅਤੇ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਹੈਗੀ ਆ ਇਹ ਵਾੜ ਦਿੱਤੀ ਗਈ ਹੈ। ਇਹ ਉਹੀ ਸਿਆਸਤ ਹੈ ਜਿਹੜੀ ਆਪਦਾ ਨਾਮ ਚਮਕਾਉਣ ਲਈ ਤੁਹਾਨੂੰ ਦੇ ਦਿੱਤੀ ਗਈ ਹੈ ਕਿ ਭਾਈ ਤੁਸੀਂ ਨਹਿਰਾਂ ਤੱਕ ਸੀਮਤ ਹੋ ਜਾਓ। ਸਭ ਤੋਂ ਵੱਧ ਹਾਸੋਹਣੀ ਗੱਲ ਹੀ ਇਹ ਹੈ ਕਿ ਜਿਹੜੇ ਦੇਸ਼ ਦਾ ਨਾਮ, ਜਿਸ ਪ੍ਰਾਂਤ ਦਾ ਨਾਮ ਦਰਿਆਵਾਂ ਦੇ ਨਾਮ 'ਤੇ ਪਿਆ ਹੋਵੇ ਅਤੇ ਉੱਥੇ ਜਿਹੜੀ ਮੁੱਦਾ ਹੈ ਉਹ ਨਹਿਰੀ ਪਾਣੀ ਦਾ ਮੁੱਦਾ ਹੋਵੇ, ਜਦਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਦਰਿਆਵਾਂ ਦਾ ਹੋਣਾ ਚਾਹੀਦਾ। ਮੈਂ ਸਤਲੁਜ 'ਤੇ ਜ਼ੋਰ ਇੰਨਾ ਕਿਉਂ ਦੇ ਰਿਹਾ? ਸਤਲੁਜ ਦੇ ਪਾਣੀ ਦੇ ਵਿੱਚ
ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ, ਕੈਮੀਕਲ, ਲੁਧਿਆਣੇ ਸ਼ਹਿਰ ਦਾ ਜਿਹੜਾ ਉਹ ਬੁੱਢੇ ਨਾਲੇ ਦਾ ਜ਼ਿਕਰ ਵਾਰ ਵਾਰ ਕੀਤਾ ਜਾਂਦਾ ਹੈ, ਇੱਕੋ ਬੁੱਢੇ ਨਾਲੇ ਦੇ ਉੱਪਰ ਹੀ ਜਿਹੜਾ ਹੈਗਾ ਕੇਂਦਰਿਤ ਕਰ ਦਿੱਤਾ ਜਾਂਦਾ ਹੈ ਕਿ ਬੁੱਢਾ ਨਾਲਾ ਸਤਲੁਜ ਨੂੰ ਗੰਦਾ ਕਰ ਰਿਹਾ। ਬੁੱਢਾ ਨਾਲਾ ਇਕੱਲਾ ਨਹੀਂ ਹੈ ਜਿਹੜਾ ਸਤਲੁਜ ਨੂੰ ਗੰਧਲਾ ਕਰ ਰਿਹਾ। ਫਿਰੋਜ਼ਪੁਰ ਤੋਂ ਲੈ ਕੇ ਭਾਖੜਾ ਡੈਮ ਤੱਕ ਦਰਜਨਾਂ ਅਜਿਹੀਆਂ ਥਾਵਾਂ ਨੇ ਜਿੱਥੋਂ ਫੈਕਟਰੀਆਂ ਦਾ ਕੈਮੀਕਲ ਅਤੇ ਜਿਹੜੀ ਸੀਵਰੇਜਾਂ ਦੀ ਵੇਸਟੇਜ ਆ ਉਹ ਦਰਿਆ ਵਿੱਚ ਸੁੱਟੀ ਜਾ ਰਹੀ ਹੈ ਅਤੇ ਸਤਲੁਜ ਨੂੰ ਇੱਕ ਗੰਦੇ ਨਾਲੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਬਾਣੀ ਦੇ ਵਿੱਚ ਆਉਂਦਾ ਕਿ ਪਵਨ ਗੁਰੂ ਪਾਣੀ ਪਿਤਾ, ਅਤੇ ਅਸੀਂ ਕਿਹੋ ਜਿਹੇ ਪੰਜਾਬੀ ਹਾਂ ਜਿਹੜੇ ਆਪਣੇ ਗੁਰੂਆਂ ਨੂੰ ਮੰਨਣ ਵਾਲੇ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਹੜੀ ਬਾਣੀ ਦਾ ਅਸੀਂ ਸਤਿਕਾਰ ਕਰਦੇ ਹਾਂ, ਅਸੀਂ ਉਸ ਬਾਣੀ ਦੀ ਗੱਲ ਵੀ ਨਹੀਂ ਸੁਣਦੇ। ਦਰਿਆ ਨੂੰ ਇਸ ਕਦਰ ਗੰਧਲਾ ਕੀਤਾ ਜਾ ਰਿਹਾ ਉਸ ਪਾਣੀ ਨੂੰ ਜਿਹਨੂੰ ਗੁਰੂ ਸਾਹਿਬ ਪਿਤਾ ਦਾ ਰੂਪ ਦਿੰਦੇ ਨੇ, ਦੱਸਦੇ ਨੇ। ਸਤਲੁਜ ਦਰਿਆ ਦੇ ਉੱਪਰ ਜੇਕਰ ਕੋਈ ਪਾਲਿਸੀ ਬਣ ਜਾਵੇ, ਜਿਹੜੀਆਂ ਇਹ ਸਰਕਾਰਾਂ ਬਣਾਉਣੀਆਂ ਨਹੀਂ ਚਾਹੁੰਦੀਆਂ, ਕਿਉਂਕਿ ਇਹ ਸਾਨੂੰ ਪਾਣੀ ਦੇ ਮੁੱਦੇ ਦੇ ਉੱਪਰ ਉਲਝਾ ਕੇ ਰੱਖਣਾ ਚਾਹੁੰਦੀਆਂ ਨੇ, ਇਸ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਦੇਣਾ ਚਾਹੁੰਦੀਆਂ। ਜੇ ਸਤਲੁਜ ਦੇ ਉੱਪਰ ਕੋਈ ਪਾਲਿਸੀ ਬਣੇ ਤਾਂ ਸਤਲੁਜ ਆਪਣੇ ਆਪ ਦੇ ਵਿੱਚ ਇੰਨਾ ਵੱਡਾ ਦਮ ਰੱਖਦਾ ਕਿ ਸਤਲੁਜ ਇਹ ਵੀ ਜਿਹੜਾ ਭੁਲੇਖਾ ਉਹ ਤੋੜ ਸਕਦਾ ਕਿ ਪੰਜਾਬ ਦੇ ਕੋਲ 10 ਤੋਂ 15 ਸਾਲ ਤੱਕ ਦਾ ਹੀ ਪਾਣੀ ਹੈ। ਜਿੱਡਾ ਵੱਡਾ ਖਿੱਤਾ ਹੈ ਸਤਲੁਜ ਦਾ, 361 ਕਿਲੋਮੀਟਰ ਦੇ ਵਿੱਚ ਕਿ ਸਤਲੁਜ ਦੇ ਉੱਪਰ ਬੰਨ੍ਹ ਬਣਾ ਕੇ ਜਾਂ ਸਤਲੁਜ ਦੇ ਵਿੱਚ ਝੀਲਾਂ ਬਣਾ ਕੇ ਪਾਣੀ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ। ਅਸੀਂ ਵੀ ਇਸੇ ਸਿਆਸਤ ਦੇ ਵਿੱਚ ਆ ਕੇ ਕਹਿੰਦੇ ਹਾਂ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਪਾਣੀ ਤੋਂ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ, ਅਸੀਂ ਇਕੱਲੀ ਬੂੰਦ ਦੀ ਗੱਲ ਕਰਦੇ ਹਾਂ। 3 ਤੋਂ 4 ਮਹੀਨੇ ਬਾਰਿਸ਼ਾਂ ਦਾ ਸੀਜ਼ਨ ਹੁੰਦਾ ਹੈ ਅਤੇ ਉਹਨਾਂ ਬਾਰਿਸ਼ਾਂ ਦੇ ਵਿੱਚ ਸਤਲੁਜ ਦਰਿਆ ਫੁੱਲ ਭਰ ਕੇ ਨੱਕੋ ਨੱਕ ਹੋ ਕੇ ਵਗਦਾ ਹੈ ਅਤੇ ਜਾਂਦਾ ਕਿੱਥੇ ਹੈ? ਭਾਖੜਾ ਤੋਂ ਨਿਕਲ ਕੇ ਪੂਰੇ ਪੰਜਾਬ ਦੇ ਵਿੱਚੋਂ ਹੁੰਦਾ ਹੋਇਆ ਇਹ ਦਰਿਆ ਅੱਗੇ ਹੁਸੈਨੀਵਾਲ ਤੋਂ ਪਾਕਿਸਤਾਨ 'ਚ ਦਾਖਲ ਹੋ ਜਾਂਦਾ ਹੈ ਅਤੇ ਪਾਕਿਸਤਾਨ ਤੋਂ ਅੱਗੇ ਜਾ ਕੇ ਅਰਬ ਸਾਗਰ ਸਮੁੰਦਰ ਵਿੱਚ ਜਾ ਡਿੱਗਦਾ ਹੈ ਅਤੇ 3 ਮਹੀਨੇ ਜਿਹੜਾ ਪਾਣੀ ਇੱਥੋਂ ਵਗਦਾ ਹੈ ਉਹ ਉਸ ਪਾਣੀ ਤੋਂ ਹਜ਼ਾਰਾਂ ਗੁਣਾ ਵੱਧ ਪਾਣੀ ਹੈ ਜਿਹੜਾ ਨਹਿਰਾਂ ਰਾਹੀਂ ਜਾਂ ਪੀਣ ਲਈ ਜਿਹੜਾ ਹੈਗਾ ਉਹ ਦੂਸਰੇ ਸੂਬਿਆਂ ਨੂੰ ਜਾਂਦਾ ਹੈ ਜਾਂ ਮਤਲਬ ਜਿਹੜਾ ਪਾਣੀ ਆ ਉਹ ਜ਼ਿੰਦਗੀਆਂ ਬਚਾਉਣ ਲਈ ਜਿਹੜੇ ਕੰਮ ਆਉਂਦਾ ਹੈ। ਅਤੇ ਅਸੀਂ ਇੱਕ ਪਾਣੀ ਦੀ ਬੂੰਦ ਤਾਂ ਕਿਸੇ ਨੂੰ ਨਹੀਂ ਦੇ ਸਕਦੇ, ਅਸੀਂ ਇਹ ਕਰ ਸਕਦੇ ਹਾਂ ਜਾਂ ਮਤਲਬ ਇਸ ਚੀਜ਼ ਦੇ ਉੱਪਰ ਅਸੀਂ ਕਦੇ ਨਹੀਂ ਬੋਲਦੇ ਕਿ ਜਿਹੜਾ ਪਾਣੀ ਅਰਬ ਸਾਗਰ ਦੇ ਸਮੁੰਦਰ ਦੇ ਖਾਰੇ ਪਾਣੀ ਵਿੱਚ ਜਾ ਕੇ ਮਿਲ ਜਾਂਦਾ, ਅਸੀਂ ਉਹਦੇ 'ਤੇ ਕਦੇ ਬੋਲਦੇ ਹੀ ਨਹੀਂ। ਜਿੱਡਾ ਵੱਡਾ ਖਿੱਤਾ ਸਤਲੁਜ ਦੇ ਕੋਲ ਹੈ, ਜੇ ਸਰਕਾਰਾਂ ਚਾਹੁਣ ਅਤੇ ਸਤਲੁਜ ਦੇ ਉੱਪਰ ਪਾਲਿਸੀਆਂ ਬਣਨ ਅਤੇ ਸਤਲੁਜ ਦੇ ਉੱਪਰ ਬਹੁਤ ਸਾਰੇ ਬੰਨ ਬਣਾਏ ਜਾ ਸਕਦੇ ਆ, ਬਹੁਤ ਸਾਰੀਆਂ ਝੀਲਾਂ ਜਿਹੜੀਆਂ ਹੈਗੀਆਂ ਉਹ ਬਣਾਈਆਂ ਜਾ ਸਕਦੀਆਂ ਜਿਨ੍ਹਾਂ ਦੇ ਵਿੱਚ ਪਾਣੀ ਸਟੋਰ ਕੀਤਾ ਜਾ ਸਕਦਾ ਹੈ। ਅਤੇ ਜਿਹੜਾ ਰੌਲਾ ਅਸੀਂ ਅੱਜ ਪਾ ਰਹੇ ਹਾਂ ਜਾਂ ਜਿਸ ਚੀਜ਼ ਦੀ ਅਸੀਂ ਫਿਕਰਮੰਦੀ ਜ਼ਾਹਰ ਕਰ ਰਹੇ ਹਾਂ ਕਿ ਨਹਿਰਾਂ ਦੇ ਵਿੱਚ ਪਲਾਸਟਿਕ ਦੀਆਂ ਸ਼ੀਟਾਂ ਪਾ ਕੇ ਪਾਣੀ ਦੀ ਇੱਕ ਬੂੰਦ ਜਿਹੜੀ ਹੈਗੀ ਆ ਉਹ ਥੱਲੇ ਜਾਣ ਤੋਂ ਜਾਂ ਧਰਤੀ ਦੇ ਵਿੱਚ ਰੀਚਾਰਜ ਹੋਣ ਤੋਂ ਰੋਕਣ ਦਾ ਕੰਮ ਜਿਹੜੀ ਸੈਂਟਰ ਸਰਕਾਰ ਅਤੇ ਇੱਥੋਂ ਦੀਆਂ ਸਰਕਾਰਾਂ ਕਰ ਰਹੀਆਂ ਨੇ। ਨਹਿਰਾਂ ਸਤਲੁਜ ਤੋਂ ਵੱਡੀਆਂ ਨਹੀਂ, ਨਹਿਰਾਂ ਦਰਿਆਵਾਂ 'ਚੋਂ ਨਿਕਲਦੀਆਂ ਨੇ, ਦਰਿਆ ਨਹਿਰਾਂ 'ਚੋਂ ਨਹੀਂ ਨਿਕਲਦੇ। ਮੰਨ ਲਓ ਕਿ ਸ਼ੀਟਾਂ ਨਾ ਵੀ ਪਾਈਆਂ ਜਾਣ, ਫਿਰ ਵੀ ਪੱਕੀਆਂ ਨਹਿਰਾਂ ਦੇ ਵਿੱਚੋਂ ਕਿੰਨਾ ਕੁ ਪਾਣੀ ਧਰਤੀ ਦੇ ਅੰਦਰ ਰੀਚਾਰਜ ਹੋ ਜਾਏਗਾ? ਅਤੇ ਕਦੇ ਇਹ ਸੋਚ ਕੇ ਦੇਖੋ ਕਿ ਜੇ ਸਤਲੁਜ ਦੇ 361 ਕਿਲੋਮੀਟਰ ਦੇ ਰਕਬੇ ਦੇ ਵਿੱਚ 100 ਝੀਲ ਵੀ ਜਿਹੜੀ ਹੈਗੀ ਆ ਉਹ ਬਣਾ ਦਿੱਤੀ ਜਾਵੇ, 5 ਤੋਂ 7 ਡੈਮ ਬਣਾ ਦਿੱਤੇ ਜਾਣ, ਕਿੰਨਾ ਪਾਣੀ ਹੈ ਬਾਰਿਸ਼ਾਂ ਦਾ ਜਿਹੜਾ ਉਹਨਾਂ ਡੈਮਾਂ ਦੇ ਵਿੱਚ ਉਹਨਾਂ ਝੀਲਾਂ ਦੇ ਵਿੱਚ ਸਟੋਰ ਹੋਏਗਾ ਕਿ ਉਹ ਪਾਣੀ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਨਹੀਂ ਕਰ ਸਕਦਾ? ਪਰ ਇਹ ਸਿਆਸਤ ਹੈ, ਸਿਆਸਤ ਉਹ ਸਿਆਸਤ ਜਿਹੜੇ ਆਪਦੇ ਸਿਆਸੀ ਹਿੱਤ ਦੇਖਦੀ ਹੈ, ਜਿਹੜੀ ਸਿਰਫ ਆਪਣੀ ਕੁਰਸੀ ਦੇਖਦੀ ਹੈ, ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ, ਖਿੱਤਿਆਂ ਦੇ ਨਾਲ, ਇੱਥੋਂ ਦੇ ਜਿਹੜਾ ਹੈਗਾ ਧਰਤੀ ਦੇ ਨਾਲ ਸਿਆਸਤ ਦਾ ਕਦੇ ਲਗਾਵ ਨਹੀਂ ਹੁੰਦਾ। ਉਹ ਕਦੇ ਵੀ ਸਤਲੁਜ ਦੇ ਉੱਪਰ ਕੋਈ ਪਾਲਿਸੀ ਨਹੀਂ ਬਣਾਉਣਗੇ, ਉਹ ਤੁਹਾਨੂੰ ਇਹੀ ਕਹਿਣਗੇ ਕਿ ਪੰਜਾਬ ਦਾ ਪਾਣੀ ਬਾਹਰ ਜਾ ਰਿਹਾ ਹੈ, ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ। ਪਰ ਜਿਹੜਾ ਪਾਣੀ ਅਰਬ ਸਾਗਰ ਦੇ ਵਿੱਚ ਜਾ ਡਿੱਗਦਾ ਹੈ 3 ਮਹੀਨੇ ਲਗਾਤਾਰ,
ਨੱਕੋ ਨੱਕ ਭਰਦਾ ਸਤਲੁਜ ਜਿਹੜਾ ਹੈਗਾ ਜਾ ਕੇ ਅਰਬ ਸਾਗਰ ਦੇ ਵਿੱਚ ਵੇਸਟ ਹੋ ਜਾਂਦਾ ਹੈ, ਉਸ ਪਾਣੀ ਦੇ ਉੱਪਰ ਕਦੇ ਗੱਲ ਨਹੀਂ ਕੀਤੀ ਜਾਊਗੀ। ਦਰਿਆ ਦੇ ਗੰਧਲਾ ਹੋਣ ਦਾ ਦੋਸ਼ ਦਰਿਆ ਨੂੰ ਦੇ ਦਿੱਤਾ ਜਾਊਗਾ। ਇਹ ਸਿਆਸਤ ਹੈ, ਇਹ ਸਿਆਸਤ ਹੈ ਪੰਜਾਬ ਦੇ ਦਰਿਆਵਾਂ ਨੂੰ ਖਤਮ ਕਰਨ ਦੀ, ਉਸ ਪੰਜਾਬ ਦੇ ਦਰਿਆਵਾਂ ਨੂੰ ਖਤਮ ਕਰਨ ਦੀ ਜਿਸ ਦੀ ਹੋਂਦ ਹੀ ਦਰਿਆਵਾਂ ਨਾਲ ਹੈ। ਅਤੇ ਜੇ ਦਰਿਆ ਖਤਮ ਹੋ ਗਏ ਤਾਂ ਸੱਭਿਅਤਾਵਾਂ ਦੇ ਖਤਮ ਹੋਣ ਨੂੰ ਸਮਾਂ ਨਹੀਂ ਲੱਗਦਾ। ਅਤੇ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਜਿਹੜੇ ਦੁਨੀਆ ਭਰ ਦੇ ਮਾਹਰ ਹੈ ਉਹ ਇਹ ਦੇ ਰਹੇ ਨੇ ਕਿ ਪੰਜਾਬ ਦੇ ਕੋਲ ਸਿਰਫ 10 ਤੋਂ 15 ਸਾਲ ਤੱਕ ਦਾ ਜਾਂ 20 ਸਾਲ ਤੱਕ ਦਾ ਹੀ ਪਾਣੀ ਬਚਿਆ ਹੈ। ਅਤੇ ਪਾਣੀ ਤੋਂ ਬਿਨਾਂ ਜ਼ਿੰਦਗੀ ਨੂੰ ਸੋਚਿਆ ਵੀ ਨਹੀਂ ਜਾ ਸਕਦਾ, ਰੋਟੀ ਤੋਂ ਬਿਨਾਂ ਵੀ ਜੀਆ ਜਾ ਸਕਦਾ, ਕੁਛ ਹੋਰ ਵੀ ਖਾਧਾ ਜਾ ਸਕਦਾ, ਸੁੱਖ ਸਹੂਲਤਾਂ ਹਰ ਇੱਕ ਚੀਜ਼ ਤੋਂ ਬਿਨਾਂ ਜੀਆ ਜਾ ਸਕਦਾ, ਪਰ ਕੀ ਪਾਣੀ ਤੋਂ ਬਿਨਾਂ ਅਸੀਂ ਜੀਂਦੇ ਰਹਿ ਸਕਦੇ ਹਾਂ? ਇਹ ਹਮਲਾ, ਇਹ ਸਿਆਸੀ ਹਮਲਾ ਪੰਜਾਬ ਦੇ ਦਰਿਆਵਾਂ 'ਤੇ ਨਹੀਂ, ਪੰਜਾਬ 'ਤੇ ਹੈ, ਤੁਹਾਡੇ ਲੋਕਾਂ 'ਤੇ ਹੈ। ਸੋਚਣਾ ਬਣਦਾ ਹੈ ਕਿ ਪਾਣੀ ਦੀ ਇੱਕ ਬੂੰਦ ਪਿੱਛੇ ਲੜਨ ਦੀ ਬਜਾਏ ਲੱਖਾਂ ਕਰੋੜਾਂ ਜਿਹੜਾ ਗੁਣਾ ਵੱਧ ਪਾਣੀ ਜਿਹੜਾ ਹੈਗਾ ਦਰਿਆ ਦਾ, ਸਤਲੁਜ ਦਰਿਆ ਦਾ, ਬਾਰਿਸ਼ਾਂ ਦਾ ਸ਼ੁੱਧ ਪਾਣੀ ਜਿਹੜਾ ਧਰਤੀ ਦੇ ਅੰਦਰ ਰੀਚਾਰਜ ਹੋਵੇ ਅਤੇ ਪੰਜਾਬ ਦਾ ਜਿਹੜਾ ਪਾਣੀ ਆ ਦਿਨਾਂ ਦੇ ਵਿੱਚ ਪੰਜਾਬ ਦੇ ਪਾਣੀ ਦਾ ਲੈਵਲ ਜਿਹੜਾ ਹੈਗਾ ਉੱਪਰ ਚੁੱਕਿਆ ਜਾ ਸਕਦਾ, ਉਹਨੂੰ ਰੋਕਣ ਲਈ ਪੋਲਸੀਆਂ ਬਣਾਉਣ ਦੀ ਲੋੜ ਹੈ, ਸਤਲੁਜ ਦੇ ਲਈ ਬੋਲਣ ਦੀ ਲੋੜ ਹੈ, ਕਿਉਂਕਿ ਦਰਿਆ ਜਿੰਦਾ ਰਹੇਗਾ ਅਤੇ ਪੰਜਾਬ ਜਿੰਦਾ ਰਹੇਗਾ। ਆਓ ਦਰਿਆ ਲਈ ਬੋਲੀਏ, ਦਰਿਆ ਲਈ ਸੋਚੀਏ ਅਤੇ ਪੰਜਾਬ ਨੂੰ ਜਿੰਦਾ ਰੱਖੀਏ।